ਜਦੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਹੋਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮਾਤਾ ਆਪਣੇ ਪੁੱਤਰ ਦੇ ਉੱਪਰ ਦੋਸ਼ ਲਾਉਂਦੀ ਹੈ ਕਿ ਉਸਨੇ ਪਾਥੀਆਂ ਚੋਰੀ ਕੀਤੀਆਂ ਨੇ, ਅਤੇ ਪਤਾ ਨਹੀਂ ਤਾਂ ਇਹ ਕਿਸੇ ਫਿਲਮ ਦਾ ਐਕਟ ਹੈ ਜਾਂ ਫਿਰ ਇੱਦਾਂ ਹੀ ਇਹ ਜਾਣਬੁੱਝ ਕੇ ਬਣਾਈ ਗਈ ਹੈ ਜਾਂ ਫਿਰ ਉਸ ਮੁੰਡੇ ਨੇ ਇਹ ਸਭ ਕੀਤਾ ਹੈ। ਤੁਹਾਨੂੰ ਵੀ ਲੈ ਚੱਲਦੇ ਇਸ ਪੂਰੀ ਵੀਡੀਓ ਦੇ ਵੱਲ ਕਿ ਉਸਨੇ ਇਹ ਸਭ ਕੰਮ ਕੀਤਾ ਹੈ ਜਾਂ ਫਿਰ ਇਹ ਇੱਕ ਮਜ਼ਾਕ ਹੈ। ਮੇਹਨਤ ਵਾਲੀ ਗੱਲ ਆ ਤੇਰੇ ਮੁਹਰੇ।